हेलो गाइस, आई होप कि सारे वधिया होगे। फ्रेंड्स, मैं भी पूरा कैंट हूं। वेलकम टू माय न्यू ब्लॉग। तो फ्रेंड्स, हुणे जस्ट मैं ना स्कूलों आया ते अज साडे स्कूले ना दिवाली सेलिब्रेट कर रहे सी ते रंगोली दा कंपटीशन रख्या सी उन्होंने एक ते ओ भी कीता उन्होंने स्कूल विच ही ते मैं ना स्कूल विच ही मतलब अज व्लॉग कीता ते तुसीं ओ मैं वीडियो कुछ विखा लगा तुहानू ते तुसीं ओ वीडियो एंजॉय करो ते उस तों बाद मिलदा मैं तुहानू। असीं बहुत ज्यादा फन कीता, बहुत ज्यादा डांस वगैरह कीता नाल ते छोटे छोटे बच्चे पटाके वगैरह लैके आए उन्हां तों लैके ही चलाए भी ते स्कूल विच ते तुसीं वेखो जाके असीं इन्ना मतलब फन वगैरह कीता ते मिलदे आ तुहानू बाद विच। ते फ्रेंड्स, हुण ना मैं स्कूले अपने ते हुसन दे फोन च मैं कर लगा हुण व्लॉगिंग। स्कूले मैडम तों परमिशन लिती बट मैं पर अलाउ नहीं कीता, टाइम बड़ा लगा पर स्कूल विच व्लॉग बना लगा वा ते वेखो हुण, क्योंकि हुण सारे जिहड़े कर लैगे डांस अज रंगोली कंपटीशन ही स्कूल विच ते ओही सारे कर दे मैं विखांगा तुहानू। तो फ्रेंड्स, तुम वेख्या स्कूल कि फन वगैरह किया कि मजा आया, तो बच्चे ने कि सोहनी सोहनी रंगोलियां वगैरह बनाईया ही। हम मैं चला अपने ड्रेस वगैरह चेंज कर यूनिफॉर्म वगैरह तो नाल अपने लंच वगैरह कर, क्योंकि भुख बहुत ज्यादा लगी आ, सवेरे भी ज्यादा खा के नहीं गया ही। तो उसे आके तो डांस वगैरह किया, होर थक गया
ਤੇ ਹਜੇ ਤੇ ਦੀਵਾਲੀ ਦੀ ਤਿਆਰੀਆਂ ਚੱਲ ਰਹੀ ਹੈ, ਨਵੇਂ ਪਰਦੇ ਸ਼ਰਦੇ ਲੱਗ ਰਹੇ ਨੇ। ਤੇ ਫਰੈਂਡਸ ਹੁੰਦਾ ਰਾਤ ਦੇ 9:30 ਹੁੰਦੇ ਪਏ ਆ, ਤੇ ਦੁਪਹਿਰੇ ਮੈਂ ਕੋਈ ਵਲੌਗ ਵਗੈਰਾ ਸ਼ੂਟ ਨਹੀਂ ਕੀਤਾ ਕਿਉਂਕਿ ਫੈਕਟਰੀ ਦੇ ਕੰਮ ਵਿੱਚ ਬਿਜ਼ੀ ਰਿਹਾ, ਨਾ ਕਿਤੇ ਆਇਆ ਗਿਆ ਨਾ ਕੁਛ, ਮਤਲਬ ਕੁਛ ਵੀ ਨਹੀਂ। ਤੇ ਹੁੰਦਾ ਮੈਂ ਗਿਆ ਸੀ ਮਾਰਕੀਟ, ਘਰੇ ਕੋਈ ਨਹੀਂ ਗਾ, ਸਾਗਰ ਹੈਗਾ ਇਕੱਲਾ। ਤੇ ਮੈਂ ਗਿਆ ਮਾਰਕੀਟ ਤੋਂ ਤੇ ਬਰਗਰ ਦੇ ਨਾਲ ਆਪਣੇ ਲਈ ਚਾਪ ਲੈ ਕੇ ਆਇਆ। ਤੇ ਫਰੈਂਡਸ ਇਸ ਟਾਈਮ ਤੇ ਮੈਂ ਹੈਗਾ ਅਵੀ ਦੇ ਘਰ, ਤੇ ਅੱਜ ਸੰਡੇ, ਅੱਧਾ ਵਲੌਗ ਕੱਲ ਵਾਲਾ ਸੀ ਤੇ ਹੁਣ ਵਲੌਗ ਸਟਾਰਟ ਕਰਨ ਡਿਆ ਆਪਦਾ, ਕਿਉਂਕਿ ਮੈਨੂੰ ਮਤਲਬ ਸਵੇਰੇ ਟਾਈਮ ਨਹੀਂ ਲੱਗਾ, ਥੋੜ੍ਹਾ ਮੈਂ ਬਿਜ਼ੀ ਸੀ। ਤੁਹਾਨੂੰ ਪਤਾ ਦੀਵਾਲੀ ਦੀਆਂ ਤਿਆਰੀਆਂ ਤਿਊਰੀਆਂ, ਗਿਫਟਸ ਵਗੈਰਾ ਇੱਧਰ ਉੱਧਰ ਲਿਆਉਣਾ ਸਮਾਨ ਸਮੂਨ, ਉਹਦੇ ਵਿੱਚ ਬਿਜ਼ੀ ਸੀ। ਤੇ ਫ੍ਰੀ ਹੈ ਅਵੀ ਭਰ ਲਾਇਆ, ਤੇ ਇੰਨਾ ਘਰੇ ਮਤਲਬ ਲਾਈਟ ਵਗੈਰਾ ਲਗਾ ਰਹੇ ਸੀ। ਆਹ ਵੇਖੋ ਸਾਹਮਣੇ ਸਾਹਮਣੇ ਉਹ ਆਸ਼ੀਸ਼ ਹੈਗਾ, ਇੱਧਰ ਆਸ਼ੀਸ਼ ਦਾ ਬ੍ਰਦਰ, ਤੇ ਮੈਂ ਤੇ ਅਭੀ ਮਤਲਬ ਲਾਈਟਾਂ ਵਗੈਰਾ ਲਵਾਉਣ ਦੇ, ਮੈਂ ਵੀ ਹੈਲਪ ਕਰਾਉਣ ਲੱਗ ਪਿਆ ਇਹਨਾਂ ਦੀ। ਨਹੀਂ ਨਹੀਂ ਜਾਂਦੀ ਨੀ, ਉਹ ਤਾਰ ਨਾਲ ਅਟੈਚ ਹੋਏ ਬਸ ਦੋਵੇਂ, ਹੋ ਗਿਆ ਕੰਮ। ਗਏ ਥੋੜੇ ਨਾ ਇਹਨੇ ਅੰਦਰ ਸ਼ੋ ਦੇ ਵਿੱਚ, ਹਜੇ ਤਾਰਾਂ ਵਜੜ ਗਈਆਂ, ਨਾਲੇ ਚਿੰਗਾੜੀ ਨਿਕਲੀ। ਚੱਲ ਆਹ ਸਹੀ ਆ, ਮਾਮਾ ਜੀ ਆਏ ਉਹਨਾਂ ਨਾਲ ਚੱਲਾਂ ਪਟਾਕੇ ਵਗੈਰਾ ਲਿਆਉਣ ਵਾਸਤੇ। ਹੁਣ ਵੇਖੋ ਕਿੱਧਰ ਜਾਵਾਂਗੇ ਪਟਾਕੇ ਵਗੈਰਾ ਲੈਣ, ਕਿਉਂਕਿ 2 ਦਿਨ ਤੋਂ ਹੋ ਰਿਹਾ ਅੱਜ ਜਾਵਾਂਗੇ ਅੱਜ ਜਾਵਾਂਗੇ, ਬਟ ਟਾਈਮ ਨਹੀਂ ਲੱਗਣ ਦਿਆ ਮਾਸਾ ਵੀ। ਤੇ ਅੱਜ ਆਏ ਫਾਈਨਲੀ, ਤੇ ਹੁਣ ਚੱਲੇ ਆ। ਬਜ਼ਾਰੋਂ ਘਰ ਆ ਗਿਆ ਵਾ, ਤੇ ਹੁਣ ਖਾ ਪੀ ਕੇ ਆ, ਪੂਰਾ ਢਿੱਡ ਭਰ ਗਿਆ ਮੇਰਾ। ਤੇ ਮੈਂ ਤੁਹਾਨੂੰ ਵਿਖਾਉਣਾ ਆਪਣੇ ਪਟਾਕੇ ਜਿਹੜੇ ਮੈਂ ਤੇ ਮਾਮਾ ਜੀ ਗਏ ਸੀ ਲੈਣ, ਤੇ ਮਾਮਾ ਜੀ ਨੇ ਥੋੜੇ ਪਟਾਕੇ ਜ਼ਿਆਦਾ ਲਿੱਤੇ, ਮੈਂ ਥੋੜੇ ਘੱਟ ਹੀ, ਕਿਉਂ ਥੋੜੇ ਨਾ ਇਹ ਪਟਾਕੇ ਘੱਟ ਹੀ ਕਰਤੇ। ਪਿਛਲੀ ਵਾਰ ਤੇ ਅਸੀਂ ਜਿੰਨੇ ਐਤਕੀ ਲੈ ਕੇ ਆਉਂਦੇ ਉਸ ਤੋਂ ਵੀ ਬਹੁਤ ਘੱਟ ਲਿਆਉਂਦੇ ਸੀ, ਕਿਉਂਕਿ ਇੱਕ ਅੱਧਾ ਮੁੱਠਾ ਹੋਣਾ ਹਵਾਈ ਦਾ, ਤੇ ਬਾਕੀ 2 ਡੱਬੇ ਫੁਲਝੜੀਆਂ ਦੀ ਮੈਨੂੰ ਯਾਦ ਹੈ। ਬਸ ਇੰਨੇ 'ਚ ਹੀ ਆਪਣੀ ਦੀਵਾਲੀ ਮਨਾਈ, ਕਿਉਂਕਿ ਪਟਾਕੇ ਵਗੈਰਾ ਘੱਟ ਹੀ ਚਲਾਈ ਦੇ ਅਸੀਂ, ਤੇ ਇਸ ਵਾਰ ਥੋੜੇ ਲੈ ਕੇ ਆਇਆ ਵਾਂ। ਆਹ ਵੇਖੋ ਫਰੈਂਡਸ, ਇੱਕ ਵਾਰੀ ਨਾ ਮੈਂ ਤੁਹਾਨੂੰ ਪਟਾਕੇ ਖੋਲ ਕੇ ਵਿਖਾ ਦਾਂ ਕਿ ਮਤਲਬ ਕੀ ਹਿਸਾਬ ਹੈ ਇਹਨਾਂ ਦਾ। ਆਹ ਵੇਖੋ 4 ਤੇ ਹਵਾਈ ਦੇ ਮੁੱਠੇ ਲੈ ਕੇ ਆਉਂਦੇ, ਜਿਹੜੇ ਹਜੇ ਤੇ ਥੋੜੇ ਹੀ ਆ, ਤੇ ਬਾਕੀ ਆ ਫੁਲਝੜੀਆਂ ਵਿੱਚ 5 ਪੀਸ ਹੈਗੇ ਆ, ਜੇ ਉਹ ਮੰਮਾ ਨੇ ਚਲਾਉਣੇ ਹੋਵੇ ਸਾਦੇ ਉਹ। ਤੇ ਬਾਕੀ ਇਹ ਆਲੂ ਬੰਬ, ਇਹ ਅਸੀਂ ਟਰਾਈ ਕੀਤੇ ਸੀ, ਤੁਸੀਂ ਵੇਖਿਆ ਹੋਣਾ ਪਿਛਲਾ ਵਲੌਗ, ਬਹੁਤ ਜ਼ਿਆਦਾ ਤੇਜ਼ ਚੱਲਦੇ ਨੇ ਇਹਦੇ। ਅਤੇ ਸਭ ਤੋਂ ਵਧੀਆ ਆਹ ਵਾਲੇ ਮੇਰੇ ਫੇਵਰੇਟ, ਪਹਿਲਾਂ ਅਨਾਰ ਨਿਕਲਦਾ ਵਿੱਚੋਂ, ਫਿਰ ਇਹ ਬਲਾਸਟ ਹੁੰਦੇ ਗੰਗਾ ਯਮੁਨਾ, ਇਹ ਮੇਰੇ ਫੇਵਰੇਟ ਆ ਨਾ। ਅਤੇ ਤੁਹਾਨੂੰ ਪਤਾ ਅਨਾਰ ਆਹ ਦੋਵਾਂ ਦਾ ਕੰਮ ਇਕੱਲੀ ਇੱਕ ਕਰਦੀ ਹੈ, ਪਹਿਲਾਂ ਅਨਾਰ ਨਿਕਲਦਾ ਫਿਰ ਫਟਦਾ ਏਅਰ 'ਚ, ਦੋਵੇਂ ਕੰਮ ਹੋ ਜਾਂਦੇ, ਤਾਂ ਕਰਕੇ ਆਹ ਮੈਂ ਇੱਕ ਪੈਕਟ ਲਿੱਤਾ, ਕਿਉਂਕਿ ਘਰ ਚਲਾਉਣੇ ਹੁੰਦੇ ਆ, ਥੋੜ੍ਹੇ ਬਹੁਤੇ ਚਲਾਵਾਂਗੇ, ਜ਼ਿਆਦਾ ਚਲਾ ਕੇ ਤੁਹਾਨੂੰ ਪਤਾ ਪੋਲਿਊਸ਼ਨ ਵਗੈਰਾ ਫੈਲਦਾ, ਇਸ ਕਰਕੇ ਨਹੀਂ ਜ਼ਿਆਦਾ ਚਲਾਉਣੇ ਐਤਕੀ। ਪਿਛਲੀ ਵਾਰ ਵੀ ਘੱਟ ਚਲਾਏ ਸੀ, ਹੁਣ ਥੋੜ੍ਹੇ ਪਟਾਕੇ ਵਗੈਰਾ ਦਾ ਇੰਨਾ ਚਾਅ ਨਹੀਂ ਗਾ, ਹੁਣ ਜਲਦੀ ਜਲਦੀ ਸਾਰਾ ਕੁਛ ਪੈਕ ਕਰੀਏ। ਤੇ ਫਰੈਂਡਸ ਹੁਣ ਟਾਈਮਿੰਗ ਹੁੰਦੀ ਵੀ 10:30, ਤੇ ਹੁਣ ਚਲੀਏ ਥੋੜ੍ਹਾ ਬਹੁਤਾ ਜੋ ਆਪਣੇ ਡਿਨਰ ਕਰਨਾ ਉਹ ਕਰ ਲਈਏ। ਤੇ ਮੈਨੂੰ ਪਤਾ ਫਰੈਂਡਸ ਇਹ ਵਲੌਗ ਬਹੁਤ ਜ਼ਿਆਦਾ ਛੋਟਾ ਹੈਗਾ, ਕਿਉਂਕਿ ਤੁਹਾਨੂੰ ਪਤਾ ਦੀਵਾਲੀ ਫੈਸਟੀਵਲ ਵਾਲਾ ਸੀਜ਼ਨ ਹੈ, ਬਾਜ਼ਾਰ ਆਉਣਾ ਜਾਣਾ ਲੱਗਾ ਰਹਿੰਦਾ, ਜਿਸ ਕਰਕੇ ਮੈਂ ਵਲੌਗ ਨਹੀਂ ਜ਼ਿਆਦਾ ਕਰ ਪਾਇਆ ਇਸ ਵਾਲੇ ਵਲੌਗ ਵਿੱਚ। ਅਤੇ ਕਿਤੇ ਕਿਤੇ ਤਾਂ ਮੈਨੂੰ ਚੇਤਾ ਹੀ ਭੁੱਲ ਜਾਂਦਾ ਸੀ ਕਿ ਮੈਂ ਵਲੌਗ ਵੀ ਬਣਾਉਣ ਡਿਆ ਵਾ, ਅਤੇ ਜਦੋਂ ਕੰਮ ਹੋ ਜਾਂਦੇ ਉਸ ਤੋਂ ਬਾਅਦ ਮੈਨੂੰ ਚੇਤਾ ਆਉਂਦਾ ਕਿ ਮੈਂ ਵਲੌਗ ਸਟਾਰਟ ਕਰਨਾ, ਆਪਣਾ ਵਲੌਗ ਬਣਾਉਣਾ ਵਾ।
क्योंकि बहुत ज्यादा ही काम बिजी ही ते पजल होया पे चारों तरफ था ते हुन अजे ते दो तीन दिन दे सोचन नहीं कि पटाके लईए पटाके लईए ते टाइम ही नहीं लगन दे जान दा ते अज फाइनली गए वो भी लै के आंदे तुहानू विखाए थोड़े जिहे लै के आंदे ज्यादा नहीं। बस फ्रेंड्स अज दे व्लॉग च इन्ना ही ते मिलदे आ तुहानू नैक्सट व्लॉग च। ते जे व्लॉग तुहानू वधिया लगे ते इस व्लॉग नू लाइक कमेंट शेयर ते मेरे चैनल सबसक्राइब करना ना भुल्लियो। फ्रेंड्स कमेंट करके जरूर दसना तुहानू किहो जिहे पटाके चलाने पसंद आ। बाय।